ਸਾਡੀਆਂ ਜੀ ਆੜ੍ਹਤੀ ਨੂੰ ਪੰਜਾਬ ਦੀਆਂ ਕਈ ਮੰਗਾਂ ਨੇ ਜਿਹੜੀਆਂ ਕਾਫੀ ਸਮੇਂ ਤੋਂ ਲਮਕਦੀਆਂ ਆ ਰਹੀਆਂ ਨੇ। ਪਹਿਲੀ ਸਾਡੀ ਜਿਹੜੀ ਆੜ੍ਹਤ ਆ 2.5% ਕੀਤੀ ਜਾਵੇ ਮੰਡੀ ਬੋਰਡ ਐਕਟ ਦੇ ਮੁਤਾਬਕ। ਦੂਸਰਾ ਸਾਡੀ ਮਜ਼ਦੂਰੀ ਦੇ ਵਿੱਚ ਵਾਧਾ ਕਰਨ ਦੇ ਸੰਬੰਧ ਦੇ ਵਿੱਚ। ਤੀਸਰਾ ਸਾਡੇ ਇਹ ਹੈਗਾ ਵੀ ਜੋ ਸਰਕਾਰ ਨੇ ਸਾਡੀ ਅਡਾਨੀ 'ਚ ਅਸੀਂ ਬਲਕ ਦੇ ਵਿੱਚ ਕਣਕ ਭੇਜੀ ਸੀ ਡੈਲੋ ਸੈਲੋ ਦੇ ਵਿੱਚ ਡਗਰੂ, ਉਹਦੀ ਜਿਹੜੀ ਸਾਨੂੰ 1% ਆੜ੍ਹਤ ਦਿੱਤੀ ਗਈ ਹੈ ਅੱਗੇ, ਅਸੀਂ ਉਹ ਕਹਿੰਦੇ ਜਿਹੜੀ ਸਾਡੀ ਬਕਾਇਆ ਰਹਿੰਦੀ ਹੈ ਇੱਕ ਉਹ ਆੜ੍ਹਤ ਸਾਨੂੰ ਦਿੱਤੀ ਜਾਵੇ। ਅਤੇ ਬਾਕੀ ਸਾਡਾ ਜਿਹੜਾ EPF ਦੇ ਵਿੱਚ 50 ਕਰੋੜ ਰੁਪਈਆ ਕੱਟਿਆ ਹੋਇਆ ਉਹ ਸਾਡਾ ਜਲਦੀ ਤੋਂ ਜਲਦੀ ਦਿੱਤਾ ਜਾਵੇ, ਕਿਉਂਕਿ ਜਦੋਂ ਕਿ EPF ਸਾਡੇ 'ਤੇ ਲਾਗੂ ਨਹੀਂ ਹੁੰਦਾ, ਕਿਉਂਕਿ ਸਰਕਾਰ ਨੇ ਸਾਡੇ ਵਰਗ ਨਾਲ ਇੰਨਾ ਜ਼ਿਆਦਾ ਧੱਕਾ ਕੀਤਾ ਹੋਇਆ, ਚਾਹੇ ਉਹ ਸਟੇਟ ਸਰਕਾਰ ਹੋਵੇ ਚਾਹੇ ਸੈਂਟਰ ਸਰਕਾਰ ਹੋਵੇ। ਸਰਕਾਰ ਆਪਣੇ ਮੁਲਾਜ਼ਮਾਂ ਨੂੰ ਹਰ 6 ਮਹੀਨੇ ਬਾਅਦ DA ਦੀ ਕਿਸ਼ਤ ਇਸ਼ੂ ਕਰਦੀ ਆ, ਜਦਕਿ ਸਾਡੀ 2020 ਤੋਂ ਲੈ ਕੇ ਆੜ੍ਹਤ ਫਰੀਜ਼ ਕੀਤੀ ਹੋਈ ਆ। ਸਾਡੀ ਮੰਗ ਆ ਵੀ ਇਹਨੂੰ ਮੰਡੀ ਬੋਰਡ ਦੇ ਐਕਟ ਦੇ ਮੁਤਾਬਕ ਚਾਲੂ ਕੀਤਾ ਜਾਵੇ, ਤਾਂ ਕਿ ਅਸੀਂ ਆਪ ਕੰਮ ਕਰਨਾ ਚਾਹੁੰਦੇ ਹਾਂ। ਅਤੇ ਇਸ ਕਰਕੇ ਜਦੋਂ ਜਿੰਨਾ ਚਿਰ ਆੜ੍ਹਤੀ ਇਹਨੂੰ ਪੰਜਾਬ ਵੱਲੋਂ ਕੋਈ ਸੱਦਾ ਨਹੀਂ ਆਉਂਦਾ, ਉਹਨਾਂ ਚਿਰਾਂ ਮਿੱਥੇ ਸਮੇਂ ਦੀ ਹੜਤਾਲ ਜਾਰੀ ਰਹੇ। ਅੱਜ ਪਹਿਲਾਂ ਤਾਂ ਸਾਡੇ ਪੰਜਾਬ ਪ੍ਰਧਾਨ ਵਿਜੇ ਕਾਲਣਾ ਜੀ ਵੱਲੋਂ ਜੋ ਸਾਰੇ ਪੰਜਾਬ ਦੇ ਵਿੱਚ ਮੰਡੀਆਂ ਬੰਦ ਕਰਨ ਦਾ ਹੁਕਮ ਦਿੱਤਾ ਗਿਆ, ਉਸ ਦੇ ਤਹਿਤ ਅਸੀਂ ਅੱਜ ਮੋਗਾ ਮੰਡੀ ਨੂੰ ਵੀ ਪੂਰਨ ਤੌਰ 'ਤੇ ਬੰਦ ਰੱਖ ਕੇ ਕੋਈ ਵੀ ਸਰਕਾਰੀ ਚਾਹੇ ਪ੍ਰਾਈਵੇਟ ਪਰਚੇਜ਼ ਨੂੰ ਬੰਦ ਕੀਤਾ ਗਿਆ। ਸਭ ਤੋਂ ਪਹਿਲਾਂ ਸਾਡੀ ਮੁੱਖ ਮੰਗ ਤਾਂ ਹੈਗੀ ਹੈ ਜਿਹੜੀ ਸਾਡੀ ਦਾਮੀ ਇਹਨਾਂ ਨੇ ਫਰੀਜ਼ ਕਰਤੀ ਹੋਈ ਹੈ, ਉਹਨੂੰ 2.5% APMC ਐਕਟ ਦੇ ਮੰਡੀ ਬੋਰਡ ਦੇ APMC ਐਕਟ ਦੇ ਤਹਿਤ ਉਹਨੂੰ 2.5% ਬਹਾਲ ਕਰਵਾਉਣ ਦਾ। ਦੂਸਰੀ ਸਾਡੀ ਮੰਗ ਹੈਗੀ ਹੈ ਵੀ ਜਿਹੜੀ ਸਾਡੀ ਅਡਾਨੀ ਸਾਈਲੋ ਦੇ ਵਿੱਚ ਇਹਨਾਂ ਨੇ ਸਾਨੂੰ ਉਹ ਕਮਿਸ਼ਨ ਅੱਧਾ ਦਿੱਤਾ ਵੀ ਉਹ ਸਾਡਾ ਜਿਹੜਾ ਬਕਾਇਆ ਕਮਿਸ਼ਨ ਹੈਗਾ ਮੋਗਾ ਮੰਡੀ ਦਾ ਉਹ ਰਿਲੀਜ਼ ਕੀਤਾ ਜਾਵੇ। ਤੀਸਰਾ FCI ਜੋ ਸਾਡੇ ਨਾਲ ਆੜ੍ਹਤੀ ਵਰਗ ਨਾਲ ਵਪਾਰੀ ਵਰਗ ਨਾਲ ਧੱਕੇਸ਼ਾਹੀ ਕਰ ਰਹੀ ਹੈ, ਚਾਹੇ ਉਹ ਆੜ੍ਹਤੀ ਹੋਣ ਚਾਹੇ ਉਹ ਸ਼ੈਲਰਾਂ ਵਾਲੇ ਹੋਣ, ਆੜ੍ਹਤੀਆਂ ਨਾਲ ਉਹ EPF ਨੂੰ ਆਪਦੇ ਕੋਲ ਜਮ੍ਹਾਂ ਕਰਕੇ ਬੈਠੀ ਹੈ, ਨਾ ਉਹਨੂੰ EPF ਨੂੰ ਉਹਨੂੰ ਪ੍ਰੋਵੀਡੈਂਟ ਫੰਡ ਡਿਪਾਰਟਮੈਂਟ ਕੋਲ ਜਮ੍ਹਾਂ ਕਰਵਾਇਆ ਅਤੇ ਨਾ ਉਹਨੂੰ ਇੰਪਲੋਈਜ਼ ਨੂੰ ਦਿੱਤਾ, ਆਪਦੇ ਕੋਲ ਜਮ੍ਹਾਂ ਕਰਕੇ ਬੈਠੀ ਹੈ। ਹਾਈਕੋਰਟ ਦੇ ਆਰਡਰ ਵੀ ਆੜ੍ਹਤੀਆਂ ਦੇ ਹੱਕ ਦੇ ਵਿੱਚ ਆਉਣ ਦੇ ਬਾਵਜੂਦ ਵੀ ਉਹਨੂੰ ਰਿਲੀਜ਼ ਨਹੀਂ ਕੀਤਾ ਜਾ ਰਿਹਾ। ਦੂਸਰਾ FCI ਸਪੇਸ ਨਹੀਂ ਇੱਥੇ ਬਣਾ ਕੇ ਦੇ ਰਹੀ ਸ਼ੈਲਰਾਂ ਵਾਲਿਆਂ ਨੂੰ, ਸ਼ੈਲਰਾਂ ਵਾਲਿਆਂ ਦੀ ਵੀ ਪੋਜੀਸ਼ਨ ਅੱਜ ਦੀ ਡੇਟ 'ਚ ਇਹ ਬਣ ਗਈ ਹੈ ਵੀ ਸ਼ੈਲਰ ਪੰਜਾਬ ਦੀ ਇੱਕੋ ਇੱਕ ਇੰਡਸਟਰੀ ਜਿਹੜੀ ਚੱਲ ਰਹੀ ਹੈ ਇੱਥੇ ਉਹ ਵੀ ਬੰਦ ਹੋਣ ਦੀ ਕਗਾਰ 'ਤੇ ਆ ਗਈ ਹੈ। ਸਪੇਸ ਨਾ ਹੋਣ ਕਰਕੇ ਸ਼ੈਲਰਾਂ ਵਾਲੇ ਵੀ ਅੱਜ ਤੋਂ ਹੜਤਾਲ 'ਤੇ ਚਲੇ ਗਏ ਹੈ। ਦੂਸਰੀ ਮਜ਼ਦੂਰ ਵਰਗ ਵੀ ਇੱਥੇ ਹੜਤਾਲ 'ਤੇ ਚਲਾ ਗਿਆ, ਹਰਿਆਣੇ ਦੇ ਮੁਕਾਬਲੇ 'ਚ ਆੜ੍ਹਤ ਵੀ ਘੱਟ ਹੈ ਅਤੇ ਮਜ਼ਦੂਰੀ ਨੂੰ ਵੀ ਘੱਟ ਦਿੱਤਾ ਜਾ ਰਿਹਾ, ਮਜ਼ਦੂਰ ਵਰਗ ਵੀ ਅੱਜ ਤੋਂ ਹੜਤਾਲ 'ਤੇ ਚਲਾ ਗਿਆ। ਇਹ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਜੋ ਰਲ ਕੇ ਵਪਾਰੀ ਵਰਗ ਦਾ ਮਜ਼ਦੂਰ ਵਰਗ ਦਾ ਇੰਡਸਟਰੀ ਦਾ ਘਾਣ ਕਰਨ 'ਤੇ ਲੱਗੀ ਹੋਈ ਹੈ, ਜਦੋਂ ਸਾਰੇ ਸੜਕਾਂ ਦੇ ਉੱਤਰ ਆਏ ਹੈ ਵੀ ਅਸੀਂ ਇਹ ਕਹਿੰਦੇ ਹਾਂ ਵੀ ਸਰਕਾਰਾਂ ਨੂੰ ਇੱਕ ਵਾਰੀ ਜ਼ਰੂਰ ਸੋਚਣਾ ਚਾਹੀਦਾ ਵੀ ਕਿਤੇ ਨਾ ਕਿਤੇ ਕਮੀ ਹੈਗੀ ਹੈ, ਸਾਡੀਆਂ ਮੰਗਾਂ ਨੂੰ ਪੂਰੀਆਂ ਕਰਕੇ ਕੰਮ ਨੂੰ ਬਹਾਲ ਕੀਤਾ ਜਾਵੇ। ਲੱਗ ਰਿਹਾ ਕਿ ਜਿਹੜੀ ਮੀਟਿੰਗ ਹੋ ਰਹੀ ਹੈ ਸਿਰੇ ਜਿਹੜੇ ਮੀਟਿੰਗਾਂ ਪਹਿਲਾਂ ਵੀ 1-2 ਹੋ ਚੁੱਕੀਆਂ, CM ਸਾਹਿਬ ਨਾਲ ਵੀ ਹੋ ਚੁੱਕੀ ਹੈ, ਸੈਕਟਰੀ ਫੂਡ ਸਾਹਿਬ ਨਾਲ ਵੀ 3 ਦਿਨ ਪਹਿਲਾਂ ਮੀਟਿੰਗ ਹੋ ਚੁੱਕੀ ਹੈ। ਸਾਨੂੰ ਇਹਨਾਂ ਦੀ ਮਨਸ਼ਾ ਠੀਕ ਨਹੀਂ ਲੱਗਦੀ ਵੀ ਅੱਜ ਦੀ ਮੀਟਿੰਗ ਦੇ ਸਾਨੂੰ ਤਾਂ ਹੱਲ ਉਮੀਦ ਕੋਈ ਨਹੀਂ ਹੈ ਵੀ ਕੋਈ ਹੱਲ ਨਿਕਲਣ ਦੀ ਉਮੀਦ ਹੈ, ਕਿਉਂਕਿ ਇਸ ਸਰਕਾਰ ਦੇ ਕੋਲੇ ਕੋਈ ਨੀਤੀ ਹੈ ਨਹੀਂ ਗੀ ਵੀ ਜਿਸ ਦੇ ਤਹਿਤ ਇਹ ਇੱਥੋਂ ਤੱਕ ਨੌਬਤ ਆਉਣੀ ਨਹੀਂ ਚਾਹੀਦੀ ਸੀ। ਜੇ ਇਹਨਾਂ ਕੋਲੇ ਕੋਈ ਨੀਤੀ ਨੀਅਤ ਹੁੰਦੀ ਤਾਂ ਇਹ ਪਹਿਲਾਂ ਤੋਂ ਹੀ ਮਸਲੇ ਹੱਲ ਕਰਕੇ ਰੱਖਦੇ। ਲੱਗ ਰਿਹਾ ਕਿ ਜਲਦੀ ਫਰੀਜ਼ ਸ਼ੁਰੂ ਹੋ ਪਾਊਗੀ? ਜੇ ਇਹ ਚਾਹੁੰਦੇ ਆ ਵੀ ਇੱਥੇ ਮੰਡੀਆਂ ਨਾ ਰੋਲਣ, ਝੋਨੇ ਚੱਕੇ ਜਾਣ ਅਤੇ ਸਾਡੀਆਂ ਮੰਗਾਂ ਵੱਲ ਧਿਆਨ ਦੇ ਕੇ ਪੂਰਾ ਕਰਕੇ ਤੇ ਅਸੀਂ ਕੰਮ ਕਰਨ ਲਈ ਤਿਆਰ ਹਾਂ। ਕਿੰਨੀ ਦੇਰ ਤੱਕ ਹੜਤਾਲ ਜਾਵੇਗੀ? ਸਾਡੀ ਅਣਮਿੱਥੇ ਸਮੇਂ ਵਾਸਤੇ ਹੜਤਾਲ ਹੈ, ਜੋ ਸਾਡੇ ਪੰਜਾਬ ਲੀਡਰਸ਼ਿਪ ਆੜ੍ਹਤੀਆਂ ਦੀ ਸ਼ੈਲਰਾਂ ਦੀ ਸਾਨੂੰ ਆਹਵਾਨ ਕਰੂਗੀ ਅਸੀਂ ਉਸੇ ਤਹਿਤ ਕੰਮ ਕਰਾਂਗੇ।